ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਆ ਤੁਹਾਡਾ ਨਵੇਂ ਬਲੌਗ ਵਿੱਚ। ਉਮੀਦ ਕਰਦੇ ਹਾਂ ਸਾਰੇ ਠੀਕ ਹੋਵਾਂਗੇ। ਲਓ ਜੀ ਅੱਜ ਤਰੀਕ ਹੋ ਗਈ 23 ਮਈ 2024, ਟਾਈਮ 7:30, ਮਸ਼ੀਨ ਆ ਗਈ ਖੇਤਾਂ 'ਚ। ਰਾਤ ਬਈ ਪੱਟ ਕੇ ਗਏ ਆ ਰੇ 10:30 ਵਜੇ, 11 ਵਜੇ ਮਸ਼ੀਨ ਉੱਥੇ ਗਈ ਆ ਪਿੰਡ, ਉਹਦੇ 2 ਕਿਲੋਮੀਟਰ ਰਾਤ ਰਹਿ ਗਿਆ ਸੀਗਾ ਇਹਨਾਂ ਦੇ। 5 ਕਿੱਲੇ ਸੀ, 3.5 ਕਿੱਲੇ ਵੱਢ ਹੋ ਗਏ, 1.5 ਕਿੱਲਾ ਰਹਿ ਗਿਆ। ਆਹ 1.5 ਕਿੱਲਾ ਵੱਢ ਕੇ ਉਹ ਪਿੰਡ ਦੇ ਘੁਮਾ ਕੇ ਪਰਲੇ ਪਾਸੇ ਨੂੰ ਜਾਣਾ, ਉੱਥੇ ਹੈਗੇ 10-11 ਕਿੱਲੇ, ਉਹ ਵੱਢਣੇ ਆ। ਰਾਤ ਹਨੇਰੇ ਹੋਏ ਤੱਕ ਚੱਲੀ ਆ, ਇਹ ਤਾਂ ਕਹਿੰਦੇ ਸੀ ਵੱਢ ਦਿਓ ਪਰ ਨਹੀਂ, ਫਿਰ ਬਾਈ ਦਿਨ 'ਚ ਵੀ ਚਲਾਉਣੀ ਔਖਾ ਹੋ ਜਾਂਦਾ ਕੰਮ। ਡਰਾਈਵਰ ਆਪਣੇ ਕੋਲ ਇੱਕੋ ਆ, ਇੱਕ ਲਾਣੇਦਾਰ ਆ, ਬਸ ਦੂਜੀ ਜਾਣੇ ਨੇ। ਆਪਣਾ ਤਾਂ ਬਾਈ ਉੱਪਰ ਵਾਲੇ ਕੰਮ ਹੀ ਨਹੀਂ ਨਿਬੜਦਾ ਯਾਰ, ਕਦੇ ਉੱਧਰ ਨੂੰ ਚਲੇ ਜਾਓ ਇੱਧਰ ਨੂੰ। ਹੁਣ ਤੇਲ ਲਿਆ ਕੇ ਪਾਇਆ ਇਹਨੇ ਰੋਟੀ ਦਾ, ਰੋਟੀ ਦੇ ਬਾਅਦ ਚਾਹ ਲਿਆ ਦਿਉ, ਚਾਹ ਦੇ ਰੋਟੀ ਦੇ ਨਾਲ ਚਾਹ ਵੀ ਆ ਜਾਂਦੀ ਆ। ਫਿਰ ਇੰਨੇ 3-4 ਵਜੇ ਡਰਾਈਵਰ ਫੇਰ ਕਰ ਦਿੰਦਾ ਵੀ ਚਾਹ ਚਾਹੀਦੀ ਆ, ਫਿਰ ਲਿਆਉਣੀ ਪੈਂਦੀ ਚਾਹ ਇੰਨੇ ਨੂੰ ਬਾਈ ਸ਼ਾਮ ਦੀ ਰੋਟੀ ਦਾ ਟਾਈਮ। ਵਾਹਿਗੁਰੂ ਸਾਹਿਬ ਆਪਣਾ ਤਾਂ ਅਈ ਚਲਾਈ, ਇੱਧਰ ਲੰਘ ਗਏ ਉੱਧਰ ਲੰਘ ਗਏ, ਆਹ ਕਰਤਾ ਉਹ ਕਰਤਾ, ਖੇਤ ਮਿਣ ਦਿੰਦੇ ਆਪਾਂ ਬਾਈ, ਹੁਣ ਇਕੱਠੇ ਹੀ ਮਿਣ ਦੇਣੇ ਆ ਬਸ, ਹੁਣ ਜਿਹੜੇ ਵੱਢਣੇ ਮਿਣ ਕੇ ਲੰਘ ਜਾਣਾ ਆਪਾਂ ਨੇ। ਤੋਂ ਬਾਅਦ ਚੱਲਦੇ ਹਾਂ ਫਿਰ ਆਪਾਂ ਰੋਟੀ ਬਣਾਉਣ, ਮਸ਼ੀਨ ਲਾ ਦਈਏ ਇੱਕ ਵਾਰ, ਚੱਲਦੇ ਹਾਂ ਉਹ ਮਸ਼ੀਨ ਕੋਲ ਆਪਾਂ। ਅਤੇ ਬਾਈ ਅੱਜ ਆਪਣਾ ਯਾਰ ਚੁੰਡੀ ਦਾ ਚੱਲਿਆ ਬਾਹਰ ਕਨੇਡਾ, ਹੈ ਫਿਰ ਜਰਨਵੀ ਬਰੋ, ਮਿਲਾਂਗੇ ਜਲਦੀ, ਰੱਬ ਤਰੱਕੀਆਂ ਬਖਸ਼ੇ ਤੈਨੂੰ, ਤੇਰੇ ਸੁਪਨੇ ਬੁਰੇ ਹੋਣ, ਸੁਪਨਾ ਤੇਰਾ ਪੂਰਾ ਹੋ ਗਿਆ। ਬਾਈ ਅਸੀਂ ਇਕੱਠੇ ਗਏ ਤੇ ਫਾਇਲ ਲਾਉਣ ਮੁੰਡੇ ਦੀ, ਰੱਬ ਨੇ ਚਲੋ ਵਧੀਆ ਸੁਣ ਲਈ, ਮਿਲਾਂਗੇ ਬਾਈ ਜਲਦੀ, ਰੱਬ ਤੇਰੀ ਯਾਤਰਾ ਠੀਕ ਠਾਕ ਤੂੰ ਪਹੁੰਚੇ ਕਨੇਡਾ, ਮਿਲਾਂਗੇ ਬਾਈ ਨੂੰ ਜਲਦੀ। ਚੱਲਿਆ ਤਾਂ ਬਾਈ ਟੂਰਿਸਟ ਵੀਜ਼ੇ 'ਤੇ ਹੀ ਆ, ਦੇਖਦੇ ਹਾਂ ਚੋਬਰ ਕਦੋਂ ਮੁੜਦਾ, ਕਹਿੰਦਾ ਜੀ ਦਸੰਬਰ 'ਚ ਮੁੜ ਜਾਊਂਗਾ, ਬਾਕੀ ਦੇਖਦੇ ਹਾਂ ਕਨੇਡਾ ਗਿਆ ਕਿਹੜਾ ਮੁੜਿਆ ਬਾਈ। ਚੱਲ ਠੀਕ ਆ ਪ੍ਰਧਾਨ, ਮਿਲਾਂਗੇ ਬਹੁਤ ਜਲਦੀ ਮਿਲਾਂਗੇ, ਰੱਬ ਬਣਾਊਗਾ ਸਵਾਬ ਆਪੇ, ਖਬਰੇ ਕਨੇਡਾ ਡਾਰੀ ਮਾਰ ਜੀਏ। ਜਿਗਰੀ ਯਾਰ ਆਪਣਾ, ਅਤੇ ਹੁਣ ਆਪਾਂ ਜਿਹੜਾ ਪਿੰਡ ਜਾਣਾ ਥੋੜ੍ਹਾ ਜਿਹਾ ਔਖਾ ਲੱਗੂਗਾ, ਆਪਾਂ ਯਾਰ ਇੱਧਰ ਉੱਧਰ ਜਾਣਾ ਹੁੰਦਾ ਸੀ, ਆਪਾਂ ਕੰਨੀ ਨੂੰ ਫੋਨ ਮਾਰ ਲੈਂਦੀ ਸੀ ਜਾਓ ਮੈਨੂੰ ਮਾਰ ਲੈਂਦਾ ਸੀ, ਹੁਣ ਜਾ ਕੇ ਥੋੜ੍ਹਾ ਜਿਹਾ ਔਖਾ ਲੱਗੂਗਾ ਇਕੱਲੇ ਨੂੰ। ਉਹ ਨਾ ਬਾਈ ਆਪਣੀ ਬਣਦੀ ਜਾ ਰਿਹਾ, ਹੁੰਦੇ ਮੁੰਡੇ ਤਾਂ ਹੋਰ ਵੀ ਆ, ਹੋਰ ਕੰਮਾਂ ਕਾਰਾਂ ਵਾਲਿਆਂ ਅਸੀਂ ਦੋਵੇਂ ਵਿਹਲੇ ਹੁੰਦੇ ਬਾਈ, ਤਾਂ ਕਰਕੇ ਸਾਡੀ ਥੋੜ੍ਹੀ ਜਿਹੀ ਜ਼ਿਆਦਾ ਬਣਦੀ ਆ। ਚੱਲ ਪ੍ਰਤਾਪ ਪਹੁੰਚ ਕੇ ਕਨੇਡਾ ਫੋਨ ਕਰ ਲਈ, ਕਿਤੇ ਭੁੱਲ ਜਾਵੇਂ। ਲਓ ਜੀ ਕੰਮ ਚੱਲ ਰਿਹਾ ਮਾਰੋ ਮਾਰ, ਆਹ ਵੜਤੇ ਕੱਤੀਆਂ ਹੀ ਆ ਛੋਟੀਆਂ ਛੋਟੀਆਂ,
ਤੇ ਮੌਸਮ ਹੁੰਦਾ ਜਾਂਦਾ ਖਰਾਬ, ਹਵਾ ਚੱਲ ਰਹੀ ਆ, ਦੇਖਦੇ ਕੀ ਬਣਦਾ ਕੰਮ ਬਾਈ। ਅੱਜ ਹੋ ਗਈ 23 ਤਰੀਕ ਤੇ ਬਸ 25 ਤਰੀਕਾਂ ਤੱਕ ਕੰਮ ਖਤਮ ਹੋ ਜੂਗਾ, ਵੱਧ ਤੋਂ ਵੱਧ 10 ਦਿਨ ਨਹੀਂ ਫਿਰ ਹਫ਼ਤਾ ਦਾ ਹੈਗਾ ਹੀ ਆ 25 ਤਰੀਕਾਂ ਤੱਕ। ਉਹਦੇ ਬਾਅਦ ਦੇਖਾਂਗੇ ਆਉਣਾ ਤਾਂ 35 ਆ, ਦੇਖਦੇ ਹਾਂ ਕਿੱਥੇ ਬਣਦੀ ਗੱਲ। 25 ਤਰੀਕਾਂ 'ਚ ਜੇ ਮੂੰਗੀ ਦਾ ਮਿਲਿਆ ਆਪਾਂ ਦੁਬਾਰਾ ਮਿਲੇ ਜਾਣਾ ਕਿਤੇ ਨਾ ਕਿਤੇ, ਉਹ ਵੀ ਲਾਵਾਂਗੇ ਆਪਾਂ। ਕੰਮ ਚੱਲ ਰਿਹਾ ਮਾਰੋ ਮਾਰ, ਅੱਜ ਬਾਈ ਫੋਰਮੈਨ ਨੇ ਚੜਾਤਾ ਚੰਦ, ਕਿਹੜਾ ਪੂੰਛ ਲਾ ਤੀ ਪਿੱਛੇ ਤੋਂ, ਅਤੇ ਜਿਹੜੀ ਪੌੜੀ ਆਪਣੀ ਫੋਲਡਿੰਗ ਵਾਲੀ ਆ ਅਤੇ ਆ ਇੱਥੇ 'ਤੇ ਲਾਈ ਆ ਪਿੱਛੇ ਤੋਂ, ਜਮਾਂ ਪਿੱਛੇ ਤੋਂ ਉਰੇ 'ਤੇ ਲਾ ਤੀ ਮਸ਼ੀਨ ਸਾਰੇ ਬਚਾਓ ਰਹਿ ਗਿਆ। ਅਤੇ ਇੱਕ ਪੌੜੀ ਜਿਹੜੀ ਆਪਾਂ ਚੜ੍ਹਦੇ ਹਾਂ ਮੂਹਰੇ ਨੂੰ ਉਹ ਬੱਟ 'ਚ ਫਸਾ ਤੀ, ਉਹ ਵੀ ਪਿੰਕੀ ਕਰਤੀ, ਆਹ ਲਾ ਤੀ ਪਿੱਛੇ 'ਤੇ ਪੂੰਛ। ਬੰਦੇ ਨੂੰ ਯਾਰ ਹੁਣ ਆਪਾਂ ਕੀ ਕਹੀਏ, ਸਿਆਣਾ ਪੈਣਾ ਬੰਦਾ ਕਹਿੰਦਾ ਲਾਗੀ ਹੁਣ ਮੈਂ ਕੀ ਕਰਾਂ। ਠੀਕ ਆ ਭਾਈ ਤੈਂ ਕੀ ਕਰਨਾ ਤਾਂ ਹੁਣ ਸਾਨੂੰ ਪਤਾ ਜੀ ਕੀ ਕਰਨਾ, ਅਤੇ ਬੋਲਦੇ ਹਾਂ ਫਿਰ ਕਹਿੰਦੇ ਜੀ ਮਾਲਕਾਂ ਨੇ ਕਰਦੇ ਹਾਂ। ਪੌੜੀ ਵੀ ਕੀ ਕਰਤੀ ਉਹ ਬੱਟ 'ਚ ਫਸਾਤੀ, ਉਹ ਕਹਿੰਦਾ ਹੋ ਗਈ ਸਿੱਧੀ ਹੋ ਜੂ, ਮੈਂ ਸਿੱਧੀ ਤਾਂ ਚਲੇ ਪਹਿਲਾਂ ਰੱਬ ਨਾ ਕਰੇ ਜੇ ਮਸ਼ੀਨ ਪਲਟੀ ਜੇ ਉਹ ਵੀ ਸਿੱਧੀ ਹੋ ਜਾਂਦੀ ਹੁੰਦੀ ਆ, ਜ਼ਰੂਰੀ ਨਹੀਂ ਹੁੰਦਾ ਵੀ ਮਾੜਾ ਜਿਹਾ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ ਬਾਈ। ਮਸ਼ੀਨ ਚਲਾਉਂਦੇ ਨੂੰ ਹੋ ਗਏ 12-13 ਸਾਲ, ਪਰ ਠੀਕ ਹੈ ਜੀ ਯਾਰ ਆਹ ਪੌੜੀ ਵੀ ਹੋ ਗਈ ਅਤੇ ਆਹ ਦੇਖੋ ਇਹ ਧਿਆਨ ਨਾਲ ਉੱਥੇ ਡੈਂਟ ਪੈ ਗਿਆ, ਪੌੜੀ ਵੀ ਜੀ ਹੋ ਗਏ। ਚਲੋ ਕੀ ਕਹਿ ਸਕਦੇ ਹਾਂ, ਮਹਾਂ ਕੀ ਕਰਦਾ ਕਹਿੰਦਾ ਮੈਨੂੰ ਨਹੀਂ ਪਤਾ ਕੀ ਹੋ ਗਿਆ, ਸਿੱਧੀ ਹੋ ਜੂ ਆਹ ਨਾਟਕ ਖੋਲ੍ਹ ਕੇ ਐਂ ਹੋ ਜੂ, ਮੈਂ ਸਿੱਧੀ ਹੋਣ ਨੂੰ ਤਾਂ ਬਹੁਤ ਕੁਛ ਹੋ ਜਾਂਦਾ, ਮਾੜਾ ਮਾਟਾ ਬੰਦੇ ਨੂੰ ਧਿਆਨ ਵੀ ਰੱਖਣਾ ਚਾਹੀਦਾ। ਠੀਕ ਹੈ ਜੀ ਯਾਰ ਲਓ ਜੀ 5:30 ਹੋ ਗਏ ਅਤੇ ਮੌਸਮ ਗੜਬੜ ਹੋ ਗਈ, ਦੇਖਦੇ ਹਾਂ ਕੰਮ ਤਾਂ ਹੈਗਾ ਰਾਤ ਤੱਕ ਦਾ, ਜਿਵੇਂ ਰਾਤ ਬਾਈ ਚੱਲੀ ਸੀਗੀ 11 ਵਜੇ ਤੱਕ, ਅੱਜ ਵੀ ਮੈਨੂੰ ਲੱਗਦਾ ਵੀ 11 ਤਾਂ ਪੱਕੇ ਹੀ ਹੈ, ਕਿਉਂਕਿ ਇਹ ਵੀ ਮੀਂਹ ਤੋਂ ਡਰਦੇ ਮਾਰੇ ਕਹੀ ਜਾਂਦੇ ਚੱਕ ਲਓ ਕੰਮ ਨੂੰ, ਪਰ ਇੰਨਾ ਕਾ ਵੀ ਜਿਹੜੀ ਰਾਤ ਨੂੰ ਵੱਢਣੀ ਹੈ ਉਹ ਖੜ੍ਹੀ ਹੈ ਸਾਰੀ, ਆਹ ਜਿਹੜੀ ਹੁਣ ਵੱਢਣੀ ਹੈ ਆਹ ਗਿਰੀ ਵੀ ਆ, ਆਹ ਹੇਠਾਂ ਵਾਲੇ ਖੇਤ ਸਾਰੇ ਗਿਰੇ ਵੇ ਆ, ਇੱਧਰ ਨੂੰ ਹੈਗੇ 7-8 ਕਿਆਰੀਆਂ ਇਹ। ਹੁਣ ਆਪਾਂ ਚੱਲੇ ਬਾਈ ਬਾਜ਼ਾਰ, ਬਾਜ਼ਾਰ ਜਾ ਕੇ ਇੱਕ ਤਾਂ ਲੈ ਕੇ ਆਉਣਾ ਬਾਈ ਦੁੱਧ, ਸੁੱਕਾ ਦੁੱਧ ਮੁੱਕ ਗਿਆ ਉਹ ਲਿਆਉਣਾ ਹੈ, ਹੋਰ ਤਾਂ ਕੁਛ ਨਹੀਂ ਹੈਗਾ, ਦੁੱਧ ਹੀ ਹੈ ਜ਼ਰੂਰੀ, ਚਾਹ ਬਿਨਾ ਆਪਣਾ ਔਖਾ ਗਾ ਜੀ। ਮੌਸਮ ਦੇਖ ਲਓ ਬਾਈ ਪੂਰਾ ਖਰਾਬ, ਬਦਲੋ ਬਦਲੀ ਹੋ ਗਿਆ ਕੰਮ।